ਓਏ ਗੱਲ ਸੁਣ, ਮੇਰੇ ਦੋਸਤਾਂ ਦਾ ਫੋਨ ਆਇਆ ਸੀ, ਉਹਨਾਂ ਨੂੰ ਕਹਿ ਦੋ ਵੀ ਆਪਣੇ ਘਰੇ ਨਾ ਆਉਣ, ਨਾਲੇ ਮੈਥੋਂ ਰੋਟੀਆਂ ਰੋਟੀਆਂ ਨਹੀਂ ਬਣਦੀਆਂ ਹੈਗੀਆਂ। ਪੂਰੀ ਗੱਲ ਤਾਂ ਸੁਣ ਲਾ, ਵੀ ਉਹ ਕਹਿੰਦੇ ਕੀ ਸੀ? ਮੈਥੋਂ ਨਹੀਂ ਪੱਕਦੀਆਂ, ਨਾ ਹੀ ਮੈਂ ਪਕਾਉਣਾ ਤੇ ਨਾ ਹੀ ਮੈਂ ਖਾਣਾ, ਮੈਂ ਤਾਂ ਭੁੱਖ ਨਹੀਂ ਹੈਗੀ। ਚੱਲ ਠੀਕ ਆ, ਉਹਨਾਂ ਨੇ ਤਾਂ ਫੈਮਿਲੀ ਪਲੈਨਿੰਗ ਕੀਤੀ ਸੀ ਬਾਹਰ ਡਿਨਰ ਤੇ ਜਾਣ ਦੀ, ਉਹ ਕਹਿੰਦੇ ਸੀ ਫੋਨ ਤੇ ਭਾਬੀ ਵੀ ਚੱਲ ਵੜੇ ਸਾਡੇ ਨਾਲ। ਚੱਲ ਤੈਨੂੰ ਤਾਂ ਭੁੱਖ ਨਹੀਂ, ਮੈਂ ਇਕੱਲਾ ਹੀ ਆ ਗਿਆ। ਓਏ ਕੌਣ ਹੈ? ਮੀਆਂ। ਕਿਹੜਾ ਯਾਰ? ਮੀਆਂ। ਓਏ ਕੌਣ ਹੈ? ਉਹ ਬਿੱਲੀ ਆ ਯਾਰ। ਅੱਛਾ ਅੱਛਾ, ਮੈਂ ਕਿਤੇ ਚੋਰ ਆ। ਚੱਲ ਮਨ ਜੋ ਤਾਂ ਐਂ ਬੈਠੇ ਆ, ਮੰਮੀ ਨਾਲ ਰਲ ਕੇ ਕੋਈ ਗੰਡੇ ਗੁੰਡੇ ਕੱਟੋ, ਬਣਾਓ ਕੋਈ ਬੱਕਰਾ ਸ਼ੱਕਰਾ। ਕੱਟਦੇ ਆ ਜੀ, ਕੱਟਦੇ ਆ। ਕੋਈ ਆ ਕੇ ਬਹਿ ਗਿਆ, ਲਿਆ ਕੋਈ ਯੰਤਰ ਮੰਤਰ ਮੂੰਹ ਕੌੜਾ ਕਰਨ ਵਾਲਾ। ਓਈ ਪਹਿਲੇ ਤੋੜਦੀ ਆ ਪ੍ਰਾਹੁਣਾ ਸਾਹਿਬ। ਓਏ ਉਰੇ ਫੜਾ ਯਾਰ, ਮੈਂ ਜਵਾਕ ਆ, ਮੈਂ ਆਪੇ ਪਾਲੂ। ਉਹ ਮੈਂ ਤਾਂ ਊਂ ਕਿਹਾ ਸੀ, ਮੈਂ ਚੱਲ ਪਾ ਦਾਂ। ਪ੍ਰਾਹੁਣਾ ਸਾਹਿਬ ਪਾਣੀ ਤਾਂ ਪਾ ਲੈਂਦੇ। ਤੈਨੂੰ ਬਾਹਲਾ ਪਤਾ ਯਾਰ, ਮੇਰੇ ਸਾਹਮਣੇ ਤੁਸੀਂ ਫੜਾ ਦੀ, ਨਾਲ ਕੋਲ ਖਾਣ ਨੂੰ ਨੀ ਲਿਆਂਦਾ ਬਾਸਤਾਂ। ਨਾ ਨਾ ਪ੍ਰਾਹੁਣਾ ਸਾਹਿਬ, ਆ ਦੇਖੋ ਬਾਈ, ਝਾੜੂ ਕਿਤੋਂ ਲਾਈ ਜਾਂਦਾ? ਓਹੋ, ਮੈਂ ਤਾਂ ਇਹ ਯਾਦ ਹੀ ਨਹੀਂ ਰੱਖਿਆ, ਮੈਂ ਸੋਰੀ ਐਵੇਂ। ਚੱਲ ਕੋਈ ਲਾਉਣੇ, ਮੈਨੂੰ ਤਾਂ ਨੀਂਦ ਚ ਝਾੜੂ ਲਾਉਣ ਦੀ ਆਦਤ ਹੈ। ਤੈਨੂੰ ਕੱਲਾ ਝਾੜੂ ਲਾਉਣ ਦੀ ਆਦਤ ਨੀ, ਆ ਦੇਖ ਤੈਨੂੰ ਰਾਤ ਵਾਲੇ ਕਾਰਨਾਮੇ ਲਿਖਾਵਾਂ ਤੇਰੇ। ਕੀ ਲੱਗਦੀ ਆ? ਆ ਚੱਕੋ ਸਾਰੇ ਭਾਂਡੇ ਮਾਂਜਤੇ, ਹੋਰ ਹੈਗੇ ਤਾਂ ਉਹ ਵੀ ਲਓ, ਲੀੜੇ ਵੀ ਚੱਕ ਲਿਓ, ਧੋਣ ਵਾਲੇ ਹੈਗੇ ਆ ਤਾਂ ਸਾਰੇ ਕੰਮ ਕਰ ਦਾਂਗੇ ਆਪਾਂ। ਨਵਾਂ ਲਿਆਂਦਾ ਓਏ? ਹਾਂ। ਕੀ ਵਰਦੀ ਆ? ਜਾ ਕੇ ਦੇਖ ਲਾ। ਜਾਲ ਟਕਰਾ ਦੇ ਵੀ ਬੰਦਾ ਸਿਰੇ ਹੀ ਹੋਵੇ, ਫੇਰ ਬਾਬੇ ਨੇ ਮੈਨੂੰ ਤੇਰੇ ਨਾਲ ਮਿਲਾਤਾ। ਠੀਕ ਆ, ਤੇ ਬਾਬੇ ਨੇ ਫਿਰ ਇੱਕ ਗੱਲ ਵੀ ਕਹੀ ਸੀ। ਕੀ ਗੱਲ ਕਹੀ ਸੀ? ਕਹਿੰਦਾ 1 ਰੁਪਏ ਦਾ ਇਹੋ ਜਿਹਾ ਹੀ ਮਿਲੂ। ਓਏ ਹੋਰ ਬਲਤੇਜ, ਕੀ ਹਾਲ ਚਾਲ ਆ? ਕਿਵੇਂ ਆ? ਠੀਕ ਆ, ਵਧੀਆ। ਕਿੱਥੇ ਰਹਿਣ ਲੱਗ ਗਿਆ ਤੂੰ ਅੱਜ ਕੱਲ? ਉਹ ਯਾਰ ਝੋਨਾ ਜਿਹਾ ਲਾਈ ਜਾਂਦੇ ਆ, ਖੇਤ ਹੁੰਦੇ ਆ, ਬਿਜੀ ਵਾਲੇ ਰਹਿੰਦੇ ਆ। ਹੋਰ ਚਾਹ ਕਵਾਂਗੇ ਠੰਡਾ? ਆਏ ਆ ਯਾਰ, ਮੌਸਮ ਗਰਮ ਹੈ, ਗਰਮੀ ਬਹੁਤ ਹੈ, ਠੰਡਾ ਹੀ ਕਹਿ ਦੇ, ਠੰਡਾ। ਉਹ ਕੀ ਹਾਲ ਆ ਬਲਤੇਜ? ਠੀਕ ਹੈ, ਕੀ ਕਰਦਾ ਫਿਰਦਾ ਮੰਡੀ 'ਚ? ਉਹ ਮੰਡੀ 'ਚ ਜਗ੍ਹਾ ਜੀ ਵੇਖਦੇ ਫਿਰਦੇ ਸੀਗੇ ਯਾਰ। ਹਰੇਕ ਥਾਂ ਮੇਰਾ ਜਲੂਸ ਕਢਾ ਕੇ ਰੱਖ ਦੇਣੇ ਆ ਤੁਸੀਂ, ਆ ਜਾਓ। ਮੈਂ ਨੀ ਉਤਰਦਾ। ਉਤਰਦਾ ਉਤਰਦਾ ਤਾਂ ਠੀਕ ਹੈ, ਨਹੀਂ ਬਾਰ ਵਾਲ ਨੂੰ ਕਰਕੇ ਮੋਟਰਸਾਈਕਲ ਦਾ ਮੂੰਹ ਪਿੱਛੋਂ ਲੱਤ ਮਾਰ। ਓਏ ਮੈਂ ਤਾਂ ਐ ਉਤਰਦਾ ਹੁੰਨਾ। ਰੋਟੀ ਤਾਂ ਮੈਂ ਖਾ ਕੇ ਆਇਆ, ਜਿਹੜੀ ਤੂੰ ਦੂਜੀ ਗੱਲ ਕੀ ਕਰਦਾ ਸੀ? ਦਾਰੂ? ਓਏ ਹੌਲੀ ਬੋਲ, ਅੱਜ ਤੇਰੀ ਭੈਣ ਨੇ ਸੁਣ ਲੈਣਾ, ਪ੍ਰਚੱਟੇ ਵਰਗੀ ਸਿੱਧੀ ਵਾਲਾਂ ਨੂੰ ਪੈਂਦੀ ਹੈ। ਪਹਿਲਾਂ ਵਧਾਰੀ ਆ, ਜਿਹੜਾ ਬਾਂਦਰੀ ਤੋਂ ਡਰੀ ਆ। ਓਏ ਕੀ ਹੋ ਗਿਆ? ਟੰਬਾ ਚੱਕੀ ਜਾਂਦਾ। ਓਏ ਲੜਾਈ ਹੋ ਗਈ ਸੀ ਉੱਧਰ।
ਉਹ ਲੜਾਈਆਂ ਲੜੂਆਂ ਚ ਕੁਛ ਨੀ ਰੱਖਿਆ, ਘਰ ਪੱਟੇ ਜਾਂਦੇ ਹੁੰਦੇ ਆ, ਚੁੱਪ ਕਰਕੇ ਬਹਿ ਜਾ, ਆਪਣੇ ਪਿੰਡ ਵਾਲਾ ਠੇਕਾ ਬੰਦ ਕਰੀ ਜਾਂਦੇ। ਤੁਸੀਂ ਹੁਣ ਆਈ ਬੈਠੇ ਹੋ, ਵਿਆਹ ਤੇ ਨਹੀਂ ਸੀ ਤੁਸੀਂ ਜਾਣਾ, ਹੋ ਜਾਓ ਤਿਆਰ। ਓਏ ਨਹੀਂ ਨਹੀਂ ਆਪਾਂ ਨਹੀਂ ਜਾਂਦੇ, ਉਹਨਾਂ ਨੇ ਤਾਂ ਕਾਰਡ ਦੇ ਸਾਫ਼ ਸਾਫ਼ ਲਿਖਿਆ ਦਾਰੂ ਪੀਣ ਵਾਲਾ ਬੰਦਾ ਪੈਲਸ ਚ ਨਾ ਆਵੇ। ਕਿਉਂ ਤੁਸੀਂ ਕਿਹੜਾ ਪੀਨੇ ਆ ਫਿਰ? ਉਹ ਮੈਂ ਤਾਂ ਨਹੀਂ ਪੀਂਦਾ, ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦੇ ਵਿਆਹ ਵਾਲਾ ਮੁੰਡਾ ਹੀ ਰੱਖਿਆ ਕਰਦਾ, ਆਪਾਂ ਜਾ ਕੇ ਕੀ ਕਰਨਾ। ਕੀ ਹੋ ਗਿਆ, ਦਮੋਂ ਨਿਕਲਿਆ ਫਿਰਦਾ? ਉਹ ਕੁਛ ਨੀ ਯਾਰ, ਮੈਂ ਤਾਂ ਬਹੂ ਨਾਲ ਘੁੰਮਣ ਆਇਆ ਵਾ ਸੀ, ਉੱਥੇ ਮੇਰੇ ਪਿੱਛੇ ਚਾਰ ਪੰਜ ਬੰਦੇ ਪੈ ਗਏ, ਉਹਨਾਂ ਕੋਲੇ ਨੰਗੀਆਂ ਕਰਪਾਨਾਂ ਸੀ, ਮੈਂ ਤਾਂ ਮਹਾਂ ਭੱਜ ਕੇ ਜਾਣ ਬਚਾਈ ਆ। ਸੱਟੋਂ ਪਿੱਟੋਂ ਬਚ ਗਿਆ? ਹਾਂ ਹਾਂ ਮੈਂ ਤਾਂ ਭੱਜਿਆ ਆ। ਬਹੂ ਬਹੂ ਜਿਹਦੀ ਸੀਗੀ ਲੈ ਗਿਆ ਅਗਲਾ, ਕਮਲਾ ਆਪਣੇ ਹੀ ਖਵਾਊਗਾ। ਮੈਂ ਹਿਸਾਬ ਲਾਇਆ ਵਿਆਹੇ ਬੰਦੇ ਦੀ ਯਾਦਾਸ਼ਤ ਨਾ ਬਾਹਲੀ ਕਮਜ਼ੋਰ ਹੁੰਦੀ ਆ। ਤੈਨੂੰ ਕਿਹਨੇ ਕਹਿਤਾ ਗੁਰੂਆ? ਵਿਆਹਿਆ ਬੰਦਾ ਜਦੋਂ ਵੀ ਕਿਤੇ ਸੋਹਣੀ ਕੁੜੀ ਦੇਂਦਾ ਉਹਨੂੰ ਚੇਤਾ ਹੀ ਭੁੱਲ ਜਾਂਦਾ ਵੀ ਮੇਰੇ ਤਿੰਨ ਚਾਰ ਨਿਆਣੇ। ਜੀ ਬੱਚਿਆਂ ਦੀਆਂ ਹੁਣ ਤਾਂ ਸਾਰੀਆਂ ਛੁੱਟੀਆਂ ਲੰਘਣਾ ਦੀਆਂ ਹੋ ਗਈਆਂ, ਤੁਸੀਂ ਵਾਅਦਾ ਕੀਤਾ ਸੀ ਵੀ ਛੁੱਟੀਆਂ 'ਚ ਸ਼ਿਮਲਾ ਘੁੰਮਾ ਦੋਗੇ, ਹੁਣ ਤਾਂ ਘੁੰਮਾ ਦੋ ਸ਼ਿਮਲਾ। ਸ਼ਿਮਲੇ ਕੀ ਆ, ਇੰਨੀ ਗਰਮੀ ਆ। ਸ਼ਿਮਲਾ ਘੁੰਮ ਕੇ ਮੇਰੇ ਤਾਂ ਕਾਲਜ ਠੰਡ ਪੈ ਜੂ। ਪੱਕਾ ਪੈ ਜੂ ਕਾਲਜ ਠੰਡ ਜੇ ਸ਼ਿਮਲਾ ਘੁੰਮਾਤਾ? ਹਾਂ ਚੱਲ ਆ ਜਾ ਫਿਰ। ਸ਼ਿਮਲਾ ਘੁੰਮਾਉਣਾ ਤੈਨੂੰ, ਇੱਥੇ ਕਿਹੜਾ ਸ਼ਿਮਲਾ ਆ, ਆ ਦੇ। ਇਹ ਥੋੜੀ ਅੱਛਾ ਸੀ, ਮੈਂ ਤਾਂ ਘੁੰਮਣ ਫਿਰਨ ਵਾਲੀ ਜਗ੍ਹਾ ਦੀ ਗੱਲ ਕਰਦੀ ਸੀਗੀ। ਆਪ ਹੀ ਤਾਂ ਕਹੀ ਜਾਂਦੇ ਆ ਸ਼ਿਮਲਾ ਘੁੰਮਾ ਦੇ, ਸ਼ਿਮਲਾ ਘੁੰਮਾ ਦੇ, ਹੁਣ ਘੁੰਮਾ ਤਾਂ ਦਿੱਤਾ ਸ਼ਿਮਲਾ। ਆ ਲੋ ਜੀ, ਹੋਰ ਕੀ ਲੈਣਾ ਚੜੇਲੇ? ਕੀ ਕਹਿੰਦੇ ਹੋ? ਓ ਸੋਰੀ ਸੋਰੀ, ਕਰੇਲੇ ਲੈਣੇ ਆ ਹੋਰ। ਕਿਵੇਂ ਆ ਬਾਈ ਜੱਸੇ? ਠੀਕ ਆ ਠੀਕ ਆ, ਤੂੰ ਦੱਸ? ਹੁਣ ਤਾਂ ਤੇਰੇ ਫੋਲੋਅਰ ਬਹੁਤ ਹੋ ਗਏ ਨਾ, ਵਧਾਈਆਂ ਤੈਨੂੰ ਫਿਰ। ਉਹ ਤਾਂ ਠੀਕ ਆ, ਪਰ ਤੂੰ ਕੌਣ ਹੈ? ਮੈਂ ਉਹੀ ਆ ਜਿਹੜਾ ਤੇਰੇ ਨਾਲ ਵੀਡੀਓ ਬਣਾਉਣਾ ਆਉਂਦਾ ਸੀਗਾ, ਤੇਰਾ ਅੱਧਾ ਚੈਨਲ ਤਾਂ ਮੇਰੀਆਂ ਵੀਡੀਓ ਨਾਲ ਭਰਿਆ ਪਿਆ ਹੈਗਾ। ਇੱਕ ਗੱਲ ਦੱਸੋ ਜੀ, ਹਾਂਜੀ, ਤੁਹਾਨੂੰ ਸੋਹਣੀਆਂ ਜਨਾਨੀਆਂ ਵਧੀਆ ਲੱਗਦੀਆਂ ਕਿ ਸਮਝਦਾਰ? ਮੈਨੂੰ ਨਾ ਸੋਹਣੀਆਂ ਜਨਾਨੀਆਂ ਵਧੀਆ ਲੱਗਦੀਆਂ, ਨਾ ਮੈਨੂੰ ਸਮਝਦਾਰ, ਮੈਨੂੰ ਤਾਂ ਤੂੰ ਵਧੀਆ ਲੱਗਦੀ ਹੈ। ਚਲੋ ਜੀ ਉੱਠ ਖੜੋ, ਤਿਆਰ ਹੋ ਜਾਓ, ਮੇਲੇ ਤੇ ਜਾਣਾ ਆਪਾਂ। ਓਏ ਮੇਲੇ ਤੇ ਜਾਣ ਨੂੰ ਮੈਂ ਕਿਹੜਾ ਜਵਾਕ ਹੈ? ਮੈਂ ਕਿਹੜਾ ਤੁਹਾਨੂੰ ਕਿਹਾ, ਜਵਾਕਾਂ ਨੂੰ ਤਾਂ ਲੈ ਕੇ ਜਾਣਾ ਹੁਣ। ਚੁਣਾਵ ਕਿਉਂ ਨਹੀਂ ਲੜ ਲੈਤੇ? ਅਰੇ ਯਾਰ, ਜਿਸਕਾ ਇੱਕ ਵਾਰ ਚੁਣਾਵ ਕੀਆ ਹੈ ਉਸਸੇ ਹੀ ਲੜਤੇ ਲੜਤੇ ਮੁਝੇ ਫੁਰਸਤ ਨਹੀਂ ਮਿਲਤੀ। ਕੌਣ ਦੇਗੀ? ਦੋ ਖਾਓਗੇ ਕਿ ਤਿੰਨ? ਰੋਟੀ ਪੁੱਛੋ ਨਾ ਯਾਰ, ਐ ਕਨਫਿਊਜ਼ਨ ਹੋ ਜਾਂਦਾ। ਉਹ ਰੋਟੀਆਂ ਦੀ ਗੱਲ ਹੀ ਕਰਦੀ ਮੈਂ ਵੀ। ਹਾਂ ਹੁਣ ਸਹੀ ਹੈ। ਦੱਸੋ ਜੀ, ਹਾਂ ਜੇ ਆਪਣੇ ਚ ਕਿਤੇ ਇੰਨੀ ਲੜਾਈ ਹੋ ਜੇ ਕਿ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂ ਤੇ ਤੁਸੀਂ ਕੀ ਕਰੋਗੇ? ਮੈਂ ਤਾਂ ਪਾਗਲ ਹੋ ਜੂ। ਤੁਸੀਂ ਐਂ ਦੱਸੋ, ਦੂਜਾ ਵਿਆਹ ਤਾਂ ਨਹੀਂ ਕਰਾਉਂਦੇ? ਪਾਗਲ ਬੰਦੇ ਦਾ ਕੀ ਭਰੋਸਾ, ਕੁਝ ਵੀ ਕਰ ਸਕਦਾ ਉਹ। ਜਿਵੇਂ ਗਵਾਂਢੀਆਂ ਦੇ ਘਰੇ ਜਾ ਕੇ ਆਉਣੇ, ਉਹਨਾਂ ਦੀ ਲੜਾਈ ਹੋ ਗਈ ਸੀ, 5 ਮਿੰਟਾਂ ਚ ਮੁੜਿਆ। ਚੱਲ ਜਾਇਆ, ਧਿਆਨ ਰੱਖੀ ਆਪਣਾ ਤੇ ਧਿਆਨ ਨਾਲ ਚਲਾਈ। ਮੈਂ ਕਿਹੜਾ ਗੱਡੀ ਤੇ ਜਾਣਾ, ਨਾਲ ਦੇ ਘਰੇ ਤਾਂ ਜਾਣਾ ਗਾ। ਉਹ ਤਾਂ ਠੀਕ ਹੈ, ਮੈਂ ਤਾਂ ਜਵਾਨ ਦੀ ਗੱਲ ਕਰਦਾ, ਅੱਜ ਕੱਲ੍ਹ ਬਾਹਲੀ ਤੇਜ਼ ਚੱਲਦੀ ਆ।
ਜੀ ਮੈਂ ਇੱਕ ਫੈਸਲਾ ਲੈਤਾ, ਮੈਚ ਤੋਂ ਬਾਅਦ ਤੁਹਾਡੇ ਨਾਲ ਕਦੇ ਨਹੀਂ ਲੜਦੀ। ਚਲ ਠੀਕ ਹੈ, ਕਾਰਨ ਨਹੀਂ ਪੁੱਛੋਗੇ? ਕਾਰਨ ਪੁੱਛ ਲਿਆ ਤੂੰ ਦੁਬਾਰੇ ਲੜ ਪੈਣਾ। ਚੱਲ ਮੰਨ ਜੋ ਤਾਂ ਐਂ ਬੈਠੇ ਆ, ਮੰਮੀ ਨਾਲ ਰਲ ਕੇ ਕੋਈ ਗੰਡੇ ਗੁੰਡੇ ਕੱਟੋ, ਬਣਾਓ ਕੋਈ ਬੱਕਰਾ ਸ਼ੱਕਰਾ। ਕੱਟਦੇ ਆ ਜੀ, ਕੱਟਦੇ ਆ, ਕਰਦੇ ਆ ਪ੍ਰਬੰਧ। ਓਏ ਹਾਂ ਵੀ ਸਾਲਾ ਸਾਹਿਬ, ਫੋਕਾ ਹੀ ਆ ਕੇ ਬਹਿ ਗਿਆ, ਲਿਆ ਕੋਈ ਯੰਤਰ ਮੰਤਰ ਮੂੰਹ ਕੌੜਾ ਕਰਨ ਵਾਲਾ। ਆ ਜੀ ਲਿਆਉਣੇ ਆ, ਆ ਜਾ ਮੁੰਡਿਆ, ਟੂਲ ਲੈ ਗਿਆ। ਓਏ ਪਹਿਲੇ ਤੋੜਦੀ ਆ ਪ੍ਰਾਹੁਣਾ ਸਾਹਿਬ। ਓਏ ਉਰੇ ਫੜਾ ਯਾਰ, ਮੈਂ ਜਵਾਕ ਆ, ਮੈਂ ਆਪੇ ਪਾ ਲੂ। ਉਹ ਮੈਂ ਤਾਂ ਊ ਕਿਹਾ ਸੀ, ਮੈਂ ਚੱਲ ਪਾ ਦਾ। ਪ੍ਰਾਹੁਣਾ ਸਾਹਿਬ ਪਾਣੀ ਤਾਂ ਪਾ ਲੈਂਦੇ। ਤੈਨੂੰ ਬਾਲਾ ਪਤਾ ਯਾਰ, ਮੇਰੇ ਸਾਹ ਨੇ ਸੁੱਕੀ ਫੜਾਤੀ, ਨਾਲ ਕੁਛ ਖਾਣ ਨੂੰ ਨੀ ਲਿਆਂਦਾ ਬਾਸਤਾਨੀ। ਉਹ ਨਾ ਨਾ ਪ੍ਰਾਹੁਣਾ ਸਾਹਿਬ, ਆ ਦੇਖੋ ਆ ਤੁਹਾਡੇ ਵਾਸਤੇ ਮੀਟ ਬਣਾਇਆ। ਬਾਈ ਝਾੜੂ ਕਦੋਂ ਲਾਈ ਜਾਂਦਾ? ਓਹੋ ਮੈਂ ਤਾਂ ਇਹ ਯਾਦ ਹੀ ਨਹੀਂ ਰੱਖਿਆ, ਸੋਰੀ ਐਵੇਂ। ਚੱਲ ਕੋਈ ਲਾਉਣੇ, ਮੈਨੂੰ ਤਾਂ ਨੀਂਦ ਚ ਝਾੜੂ ਲਾਉਣ ਦੀ ਆਦਤ ਹੈ। ਤੈਨੂੰ ਕੱਲਾ ਝਾੜੂ ਲਾਉਣ ਦੀ ਆਦਤ ਨੀ, ਆ ਦੇਖ ਤੈਨੂੰ ਰਾਤ ਵਾਲੇ ਕਾਰਨਾਮੇ ਦਿਖਾਵਾਂ ਤੇਰੇ। ਆ ਦੇਖ ਪ੍ਰਾਹੁਣੇ ਨੂੰ ਚੜਗੀ ਲੱਗਦੀ ਆ। ਆ ਚੱਕੋ ਸਾਰੇ ਭਾਂਡੇ ਮਾਂਜਦੇ, ਹੋਰ ਹੈਗੇ ਤਾਂ ਉਹ ਵੀ ਲਿਓ, ਲੀੜੇ ਵੀ ਚੱਕ ਲਿਓ, ਧੋਣ ਵਾਲੇ ਹੈਗੇ ਆ ਤਾਂ ਸਾਰੇ ਕੰਮ ਕਰ ਦਾਂਗੇ ਆਪਾਂ। ਮੇਰੀ ਭੈਣ ਲੱਗਦਾ ਜ਼ਿਆਦਾ ਟੌਰਚਰ ਕਰਦੀ ਹੈਗੀ ਪ੍ਰਾਹੁਣੇ ਨੂੰ, ਰਾਤ ਨੂੰ ਉੱਠ ਕੇ ਭਾਂਡੇ ਧੋਣ ਲੱਗ ਗਿਆ। ਹੁਣ ਉਹ ਇਹ ਵਿੱਚ ਆਊਗਾ, ਇਹ ਫੇਰ ਆਜੂ ਗਿਰਾਰਸ ਕੋਲੇ ਬੈਠੀ। ਇਹ ਮੈਂ ਤੇਰੇ ਕੰਨੀ ਮੂੰਹ ਕਰਕੇ ਉਹਦੀ ਤੇਰੇ ਕੰਨੀ ਕਰ ਦੂ। ਹਾਂ ਹਾਂ ਤੂੰ ਪਹਿਲਾਂ ਮੈਨੂੰ ਕਹਿ ਦੇ, ਚੱਲ ਮੇਰਾ ਸੀਨ ਐਕਸ ਐਡ ਕਰ ਲੈ ਵਿੱਚ। ਚੱਲ ਅਰਸ ਬਹਿ ਜਾ ਤੂੰ ਵੀ ਇੱਥੇ। ਓਏ ਆ ਪਾ ਲੈਂਗੇ ਅਸੀਂ ਗੱਫ ਕਰਦੇ ਹਾਂ। ਓਕੇ ਆ ਕੰਮ ਆ ਕੀ ਮਾਏ ਲਈ ਵਰਦਾ। ਚੱਲ ਮੰਨ ਜੋ ਤਾਂ ਐਂ ਬੈਠੇ ਆ, ਮੰਮੀ ਨਾਲ ਰਲ ਕੇ ਕੋਈ ਗੰਡੇ ਗੁੰਡੇ ਕੱਟੋ, ਬਣਾਓ ਕੋਈ ਬੱਕਰਾ ਸ਼ੱਕਰਾ। ਕੱਟਦੇ ਆ ਜੀ, ਕੱਟਦੇ ਆ, ਕਰਦੇ ਆ ਪ੍ਰਬੰਧ। ਉਹਦਾ ਦਿਖਾ ਲਈ ਜਾਂਦੀ ਮੈਨੂੰ ਬੈਠ ਦੇ ਨੂੰ ਦਿਖਾਈ ਸਟਾਰਟ ਕਰ। ਓਏ ਹਾਂ ਵੀ ਸਾਲਾ ਸਾਹਿਬ, ਫੋਕਾ ਹੀ ਆ ਕੇ ਬਹਿ ਗਿਆ, ਲਿਆ ਕੋਈ ਯੰਤਰ ਮੰਤਰ ਮੂੰਹ ਕੌੜਾ ਕਰਨ ਵਾਲਾ। ਜੀ ਲਿਆਉਣੇ ਆ, ਆ ਜਾ ਮੁੰਡਿਆ, ਟੂਲ ਲੈ ਗਿਆ। ਓਏ ਪਹਿਲੇ ਤੋੜਦੀ ਆ ਪ੍ਰਾਹੁਣਾ ਸਾਹਿਬ। ਓਏ ਉਰੇ ਫੜਾ ਯਾਰ, ਮੈਂ ਜਵਾਕ ਆ, ਮੈਂ ਆਪੇ ਪਾ ਲੂ। ਉਹ ਮੈਂ ਤਾਂ ਊ ਕਿਹਾ ਸੀ, ਮੈਂ ਚੱਲ ਪਾ ਦਾ। ਪ੍ਰਾਹੁਣਾ ਸਾਹਿਬ ਪਾਣੀ ਤਾਂ ਪਾ ਲੈਂਦੇ। ਤੈਨੂੰ ਬਾਲਾ ਪਤਾ ਯਾਰ, ਅਸੀਂ ਤਾਂ ਘੱਟ ਦੇ ਬਸ ਇੱਥੋਂ। ਚੱਲ ਆਉਂਦਾ ਨੀ ਵਿੱਚ।
ਅਰਸ਼ ਨੂੰ ਤਾਂ ਚੱਲ ਕੋਈ ਨੀ ਹੁੰਦਾ, ਚੱਲੀ ਜਾਂਦੀ ਆ ਵੀਡੀਓ ਤਾਂ ਮੈਂ ਵਿੱਚ ਸਾਰਿਆਂ ਨੇ ਸੁੱਕੀ ਫੜਾਤੀ, ਨਾਲ ਕੁਛ ਖਾਣ ਨੂੰ ਨੀ ਦਿੱਤਾ, ਦੇਖੀ ਚਲਾ ਕੇ ਕੱਟ ਗਏ ਯਾਰ ਵੀਡੀਓ, ਨਹੀਂ ਕੱਟਣ ਦੀ ਲੋੜ ਨੀ, ਬਾਹਰ ਇੱਥੇ ਸਟਾਰਟ ਕਰ ਹੁਣ ਚੱਲ ਐਕਸ਼ਨ। ਮੇਰੇ ਸਾਰ ਨੇ ਸੁੱਕੀ ਫੜਾਤੀ, ਨਾਲ ਕੁਛ ਖਾਣ ਨੂੰ ਨੀ ਲਿਆਂਦਾ, ਵਾਸਤਾ ਨੀ ਉਹ ਨਾਣਾ ਪ੍ਰਾਹੁਣਾ ਹੋਇਆ, ਮੈਂ ਦੇਖੋ ਆ ਤੁਹਾਡੇ ਵਾਸਤੇ ਮੀਟ ਬਣਾਇਆ, ਗਾਲੀ ਗਾਲੀ ਆ ਤੇਰੀ ਚਟਨੀ ਬਣਾ ਲਈ ਆਇਆ ਮੜਾ ਨਹੀਂ ਬਸ ਤੋਂ ਦੱਸੋ ਬਾਸੋਂ ਅੱਜ ਦਿਨ ਪੂਰੇ ਹੋ ਗਏ, ਭਾਂਡਿਆਂ ਨਾਲ ਰਹਿੰਦਾ ਭਾਲਣਾ ਜਾਏ ਉਹ ਜਿਹਾ ਭਾਂਡੇ ਧੋਲੇ, ਉਹਦੇ ਆਪਾਂ ਟੋਕਰੀ ਚ ਪਾ ਕੇ ਉਵੇਂ ਰੱਖ ਲਾਂ ਕੋਲੇ, ਉੱਥੇ ਹੀ ਬਣਾ ਦੇਣਾ ਹੁਣ ਪਈ ਆ ਤੇ ਦੋ ਤਿੰਨ ਭਾਂਡੇ ਬਹੁਤ ਉੱਤੇ ਪਏ ਆ ਉਹ ਚੜਗੀ ਲਾਈਦੀ ਆ, ਚੜਗੀ ਲਾਈਦੀ ਆ, ਤੂੰ ਬਸ ਤੇਰੀ ਭੈਣ ਤੇਰੇ ਕੋਲ ਮੈਂ ਕਹੇਗਾ ਤੁਸੀਂ ਦੋਨੇ ਐ ਕਰੀ ਜਾਇਓ, ਮੈਂ ਕਿਤੇ ਚੜਗੀ ਲੱਗਦੀ ਆ ਪ੍ਰਾਹੁਣੇ ਨੂੰ, ਚੜਗੀ ਲੱਗਦੀ ਹੈਗਾ ਇੱਥੇ ਆ, ਮੈਂ ਕਿਤੇ ਦੋਨੇ ਤੁਸੀਂ ਦੋਨੇ ਬੋਲਣ ਲੱਗ ਜਾ, ਤੁਸੀਂ ਕਹੋ ਪ੍ਰਾਹੁਣੇ ਨੂੰ ਚੜਗੀ ਲੱਗ, ਪ੍ਰਾਹੁਣੇ ਨੂੰ ਚੜਗੀ ਲੱਗਦੀ ਆ, ਆ ਚੱਕੋ ਸਾਰੇ ਭਾਂਡੇ ਮਾਂਜਦੇ ਹੋਰ ਹੈਗੇ ਤਾਂ ਉਹ ਵੀ ਲਿਆਓ, ਲੀੜੇ ਵੀ ਚੱਕ ਲਿਓ ਧੋਣ ਵਾਲੇ ਹੈਗੇ ਆ, ਤਾਂ ਸਾਰੇ ਕੰਮ ਕਰ ਦਾਂਗੇ ਆਪਾਂ, ਮੇਰੀ ਭੈਣ ਲੱਗਦਾ ਜਿਆਦਾ ਟੌਰਚਰ ਕਰਦੀ ਆ ਕਿ ਪ੍ਰਾਹੁਣੇ ਨੂੰ, ਰਾਤ ਨੂੰ ਉੱਠ ਕੇ ਭਾਂਡੇ ਧੋਣ ਲੱਗ ਗਿਆ।